ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁੱਲੀ ਡੰਡਾ ਦੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪੰਥ ਦੀ ਮੌਜੂਦਾ ਹਾਲਾਤ ਨੂੰ ਦੇਖਦਿਆਂ ਹੈ ਕਿਸੇ ਨੇ ਇੱਕ ਕਹਾਣੀ ਲਿਖੀ ਸੀ ਜਿਹੜੀ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨ ਲੱਗਾ ਹਾਂ ਇੱਕ ਵਾਰ ਸ਼ੇਰ ਤੇ ਲੂੰਮੜੀ ਦਾ ਆਪਸ ਦੇ ਵਿੱਚ ਕਿਸੇ ਗੱਲ ਤੋਂ ਟਕਰਾਅ ਹੋ ਗਿਆ ਲੂੰਮੜੀ ਸ਼ੇਰ ਨੂੰ ਕਹਿਣ ਲੱਗੀ ਸ਼ੇਰਾ ਐਵੇਂ ਨਾ ਇੰਨੀ ਆਕੜ ਦਿਖਾ ਲਾਲ ਪੀਲੀਆਂ ਅੱਖਾਂ ਕੱਢ ਕੇ ਮੈਨੂੰ ਦਾਬੇ ਪਿਆ ਮਾਰਦਾ ਏ ਮੈਨੂੰ ਕਮਜ਼ੋਰ ਨਾ ਸਮਝੇ ਭਾਵੇਂ ਮੈਂ ਤੁਹਾਡਾ ਮਾਰਿਆ ਹੈ ਸ਼ਿਕਾਰ ਹੀ ਝੂਠਾ ਖਾਂਦੀ ਹਾਂ ਪਰ ਮੇਰੇ ਵਿੱਚ ਕਿਸੇ ਤਰ੍ਹਾਂ ਦੀ ਕਮਜ਼ੋਰੀ ਨਹੀਂ ਜੇ ਆਪਣੇ ਆਪ ਨੂੰ ਇੰਨਾ ਹੀ ਤਾਕਤਵਾਰ ਸਮਝਦਾ ਏ ਤਾਂ ਸਮਾਂ ਤੇ ਸਥਾਨ ਮਿਥ ਲੈ ਤੂੰ ਆਪਣੀਆਂ ਫੌਜਾਂ ਲਿਆ ਤੇ ਮੈਂ ਆਪਣੀਆਂ ਫੌਜਾਂ ਲੈ ਆਉਂਨੇ ਆਂ ਦੇਖਦੇ ਆਂ ਜੰਗ ਦੇ ਮੈਦਾਨ ਦੇ ਵਿੱਚ ਕਿਹੜਾ ਤਾਕਤਵਾਰ ਆ ਸ਼ੇਰ ਨੇ ਜਦੋਂ ਲੂੰਮੜੀ ਦੇ ਗੱਲ ਸੁਣੀ ਤੇ ਉਹਨੇ ਵੀ ਅੱਗਾ ਰੌਬ ਦੇ ਵਿੱਚ ਕਿਹਾ ਚੰਗਾ ਲੂੰਮੜੀਏ ਜੇ ਤੂੰ ਇੰਜ ਵੇਖਣਾ ਚਾਹੁੰਨੀ ਆ ਤਾਂ ਇੰਜ ਹੀ ਸਹੀਂ ਆਉਂਦੇ ਸ਼ਨੀਵਾਰ ਨੂੰ ਸਵੇਰੇ 9 ਵਜੇ ਪਹਾੜੇ ਜੰਗਲ ਦੇ ਮੈਦਾਨ ਦੇ ਵਿੱਚ ਆ ਪਹੁੰਚੀਂ ਦੇਖ ਲਵਾਂਗੇ ਕਿਹਦੇ ਵਿੱਚ ਤਾਕਤ ਆ ਮਿੱਥੇ ਹੋਏ ਸਮੇਂ ਤੇ ਸਥਾਨ ਤੇ ਸ਼ੇਰ ਆਪਣੀਆਂ ਫੌਜਾਂ ਲੈ ਕੇ ਚੱਲ ਪਏ ਰਸਤੇ ਵਿੱਚ ਲੂੰਮੜੀ ਉਹਨਾਂ ਨੂੰ ਆਣ ਕੇ ਮਿਲੀ ਸ਼ੇਰ ਕਹਿਣ ਲੱਗਾ ਲੂੰਮੜੀਏ ਕੀ ਗੱਲ ਕੱਲੀ ਤੁਰੇ ਫਿਰਦੀ ਆ ਤੇਰਾ ਕੋਈ ਸੰਗੀ ਸਾਥੀ ਨਾਲ ਨਹੀਂ ਆ ਅੱਗਾ ਲੂੰਮੜੀ ਹੱਸ ਕੇ ਕਹਿਣ ਲੱਗੀ ਤੁਸੀਂ ਤੇ ਹੁਣ ਅਜੇ ਰਾਹ ਦੇ ਵਿੱਚ ਹੀ ਤੁਰੇ ਫਿਰਦੇ ਜੇ ਮੇਰੀਆਂ ਫੌਜਾਂ ਤੇ ਜੰਗ ਦੇ ਮੈਦਾਨ ਵਿੱਚ ਪਹੁੰਚ ਕੇ ਲਲਕਾਰੇ ਮਾਰਨ ਰਹੀਆਂ ਨੇ ਕਿ ਕਦੋਂ ਸ਼ੇਰ ਆਉਣ ਤੇ ਕਦੋਂ ਉਹਨਾਂ ਨੂੰ ਲੋਹੇ ਦੇ ਚਣੇ ਚਬਾਈਏ ਸ਼ੇਰ ਕਹਿਣ ਲੱਗਾ ਫਰ ਕੱਲੀ ਇੱਥੇ ਕੀ ਕਰਦੀ ਫਿਰਦੀ ਆ ਅੱਗਾਂ ਲੋਮੜੇ ਕਹਿਣ ਲੱਗੇ ਮੈਂ ਦੇਖਣ ਆਇਆ ਕਿ ਤੁਹਾਡਾ ਸੈਨਾਪਤੀ ਕੌਣ ਜਿਹੜਾ ਮੇਰੇ ਨਾਲ ਜੰਗ ਕਰੇਗਾ ਇੰਨੀ ਗੱਲ ਸੁਣ ਕੇ ਸ਼ੇਰ ਕਹਿਣ ਲੱਗਾ ਸੈਨਾਪਤੀ ਮੈਂ ਆ ਦੂਜਾ ਸ਼ੇਰ ਕਹਿਣ ਲੱਗਾ ਨਹੀਂ ਨਹੀਂ ਸੈਨਾਪਤੀ ਮੈਂ ਆ ਪਹਿਲੇ ਸ਼ੇਰ ਨੂੰ ਕਹਿਣ ਲੱਗਾ ਵੇਖ ਮੇਰੇ ਜਬਾੜਿਆਂ ਦੀ ਤਾਕਤ ਵੀ ਤੇਰੇ ਜਿੰਨੀ ਹੈ ਮੇਰੇ ਪੰਜਿਆਂ ਦੀ ਤਾਕਤ ਵੀ ਤੇਰੇ ਜਿੰਨੀ ਹੈ ਅਜੇ ਉਹ ਗੱਲ ਕਰ ਹੀ ਰਿਹਾ ਸੀ ਕੇ ਵਿੱਚੋਂ ਇੱਕ ਹੋਰ ਤੀਸਰਾ ਸ਼ੇਰ ਬੋਲ ਪਿਆ ਕਹਿਣ ਲੱਗਾ ਤੁਸੀਂ ਦੋਵੇਂ ਛੱਡੋ ਫੌਜਾਂ ਦੀ ਜਰਨੈਲੀ ਮੈਂ ਕਰ ਲੀਣਾ ਮੈਂ ਸਾਰੀਆਂ ਫੌਜਾਂ ਦਾ ਜਰਨੈਲ ਬਣ ਕੇ ਇਸ ਲੂੰਮੜੀ ਨੂੰ ਦੇਖਾਂਗਾ ਇੱਕੋ ਪੰਜੇ ਦੇ ਨਾਲ ਇਹਦੀ ਬੋਟੀ-ਬੋਟੀ ਖਲਾਰ ਕੇ ਰੱਖ ਦੇਵਾਂਗਾ ਐਨੀਆਂ ਗੱਲ ਚੱਲੀ ਤੇ ਸਾਰੇ ਸ਼ੇਰ ਆਪੋ ਦੇ ਵਿੱਚ ਸਿਆਣਾ ਪਤੇ ਬਣਨ ਵਾਸਤੇ ਲੜਨ ਝਗੜਨ ਲੱਗ ਪਏ ਉਹਨਾਂ ਦੇ ਆਪਸ ਦੇ ਵਿੱਚ ਬੜੀ ਭਿਆਨਕ ਲੜਾਈ ਹੋਈ ਉਹ ਸ਼ੇਰ ਸਿਆਣਾਪਤੀ ਬਣਦੀ ਦੌੜ ਦੇ ਵਿੱਚ ਆਪੋ ਵਿੱਚ ਲੜ ਲੜ ਕੇ ਮਰ ਗਏ ਤੇ ਲੂੰਮੜੀ ਉਹਨਾਂ ਸਾਰਿਆਂ ਦੀ ਮੌਤ ਵੇਖ ਕੇ ਹੱਸਦੀ ਹੋਈ ਚਲੇ ਗਈ ਸੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਏ ਕਿ ਜਦੋਂ ਵੀ ਲੂੰਮੜੀ ਦੀ ਸ਼ੇਰ ਦੀ ਜੰਗ ਚੱਲ ਰਹੀ ਹੋਵੇ ਤਾਂ ਉੱਥੇ ਤਾਕਤ ਕਿਸੇ ਕੰਮ ਨਹੀਂ ਆਉਂਦੀ ਉੱਥੇ ਦਿਮਾਗ ਚੁਸਤੀ ਤੇ ਚਲਾਕੀ ਕੰਮ ਆਉਂਦੀ ਹੈ ਐਸੇ ਵੇਲੇ ਪੰਥ ਦੀ ਇਹੋ ਜੇ ਲੂੰਮੜੀ ਦੇ ਦਿਮਾਗ ਵਰਗਿਆਂ ਦੇ ਨਾਲ ਜੰਗ ਲੱਗੀ ਪਈ ਏ ਤੇ ਅਸੀਂ ਉਹ ਸ਼ੇਰ ਬਿਰਤੀ ਵਾਲੀ ਸੋਚ ਧਾਰਨ ਕਰਕੇ ਆਪਸ ਦੇ ਵਿੱਚ ਲੜਦੇ ਫਿਰ ਰਹੇ ਹਾਂ ਆਪਣੀ ਸ਼ਕਤੀ ਨੂੰ ਅਜਾਇਆਂ ਹੀ ਗਵਾ ਰਹੇ ਹਾਂ ਇਹੋ ਕਾਰਨ ਨੇ ਕਿ ਅੱਜ ਸਾਡੇ ਪੰਥ ਨੂੰ ਕੋਈ ਸਹੂਲਤਾਂ ਨਹੀਂ ਮਿਲ ਰਹੀ ਸੋ ਮੈਂ ਇਸ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹੁੰਦਾ ਆਪਣੇ ਪੰਥ ਦੇ ਸ਼ੇਰਾਂ ਨੂੰ ਆਪਣੇ ਕਾਮ ਦੇ ਸ਼ੇਰਾਂ ਨੂੰ ਕਿ ਆਓ ਸਮਾ ਵਿਚਾਰੀਏ ਸਾਰੇ ਏਕੇ ਦਾ ਸਬੂਤ ਦਈਏ ਆਪਣਾ ਇੱਕ ਸਿਆਣਾ ਪਤੇ ਮਿੱਥ ਕੇ ਉਹਦੀ ਕਮਾਂਡ ਥੱਲੇ ਜੰਗ ਲੜੀਏ ਤੇ ਜਿਹੜੀ ਸਾਡੀ ਇਸ ਸਮੇਂ ਕੌਮੀ ਹੋਣ ਦੀ ਲੜਾਈ ਆ ਉਹਦੇ ਵਿੱਚ ਜਿੱਤ ਪ੍ਰਾਪਤ ਕਰੀਏ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਜੇ ਕੋਈ ਵੱਧ ਘਟ ਗੱਲ ਕਹੇਗੀ ਹੋਵੇ ਤੇ ਤੁਹਾਡੇ ਵੱਲੋਂ ਚੈਨਲ ਦੀ ਸਮੁੱਚੀ ਟੀਮ ਜਿਹੜੀ ਉਹ ਮਾਫੀ ਚਾਹੁੰਦੀ ਆ ਨਾਲ ਹੀ ਮੈਂ ਬੇਨਤੀ ਕਰਾਂ ਜਿੰਨਾ ਜਿੰਨਾ ਵੀ ਇਹ ਵੀਡੀਓ ਦੇਖੀ ਹੈ ਜਾਂ ਸੁਣੀ ਹੈ ਗਾ শেয়ার ਕਰ ਦਿਓ ਆਪਣੇ ਕਮੈਂਟ ਦੇਣਾ ਨਾ ਭੁੱਲਿਓ ਤੇ ਵੱਧ ਵੱਧ ਸਬਸਕ੍ਰਾਈਬ ਕਰਿਓ ਐਸੀ ਹੀ ਇੱਕ ਹੋਰ ਵੀਡੀਓ ਲੈ ਕੇ ਜਲਦੀ ਹੀ ਹਾਜ਼ਰ ਹੋਵਾਂਗਾ ਤਦ ਤੱਕ ਵਾਸਤੇ ਇਜਾਜ਼ਤ ਦਿਓ ਜੀ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ